ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਲਗਾਤਾਰ ਦਿਲਚਸਪ ਹੋ ਰਹੀ ਹੈ ਆਮ ਆਦਮੀ ਪਾਰਟੀ ਦੇ ਲਈ ਸੰਗਰੂਰ ਸੀਟ ਹਮੇਸ਼ਾ ਇੱਕ ਗੜ ਮੰਨੀ ਜਾਂਦੀ ਹੈ ਕਿਉਂਕਿ ਇੱਥੋਂ ਸੀਐਮ ਭਗਵੰਤ ਮਾਨ ਐਮਪੀ ਦੀ ਚੋਣ ਲੜੇ ਸਨ ਤੇ ਉਸ ਤੋਂ ਬਾਅਦ ਮੁੱਖ ਮੰਤਰੀ ਤੱਕ ਦਾ ਸਫ਼ਰ ਉਹਨਾਂ ਨੇ ਤੈਅ ਕੀਤਾ ਹੈ ਦੱਸਦੀ ਹੈ ਕਿ ਹੁਣ ਇਸ ਸੀਟ ਨੂੰ ਲੈ ਕੇ ਜਿਸ ਤਰੀਕੇ ਦੇ ਨਾਲ ਬੀਤੇ ਦਿਨ ਦਲਬੀਰ ਗੋਲਡੀ ਜਿਹੜੇ ਸਾਬਕਾ ਐਮਐਲਏ ਰਹੇ ਨੇ ਕਾਂਗਰਸ ਨੇ ਉਹਨਾਂ ਦੇ ਵੱਲੋਂ ਅਸਤੀਫਾ ਦੇ ਦਿੱਤਾ ਗਿਆ ਹੈ ਕਾਂਗਰਸ ਤੋਂ ਕਾਂਗਰਸ ਨੂੰ ਵੱਡਾ ਝਟਕਾ ਲੱਗਿਆ ਹੈ ਇਸ ਦੇ ਨਾਲ ਹੀ ਕਾਂਗਰਸ ਦੇ ਮੌਜੂਦਾ ਉਮੀਦਵਾਰ ਸੁਖਪਾਲ ਸਿੰਘ ਖੈਰਾ ਦੇ ਵੱਲੋਂ ਲਾਈਵ ਹੋ ਕੇ ਤਿੱਖੇ ਸ਼ਬਦੀ ਹਮਲੇ ਕੀਤੇ ਗਏ ਨੇ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਿਆਂ ਕਿ ਸੁਖਪਾਲ ਸਿੰਘ ਖੈਰਾ ਦੇ ਵੱਲੋਂ ਜੋ ਇੱਕ ਟਵੀਟ ਦੇ ਨਾਲ ਵੀਡੀਓ ਸਾਂਝੀ ਕੀਤੀ ਗਈ ਹੈ ਉਸ ਦੇ ਵਿੱਚ ਸੁਖਪਾਲ ਸਿੰਘ ਖੈਰਾ ਕਹਿੰਦੇ ਨੇ ਦੋਸਤੋ ਹਲੇ ਤਾਂ ਸੰਘਰਸ਼ ਦੇ ਯੁੱਧ ਦੀ ਸ਼ੁਰੂਆਤ ਹੈ ਗੋਲਡੀ ਵਰਗੇ ਬਹੁਤੇ ਦੋਗਲੇ ਆਉਣਗੇ ਤੇ ਜਾਣਗੇ ਉੱਪਰ ਦੀਆਂ ਅਤੇ ਹੇਠਲੀਆਂ ਸਰਕਾਰਾਂ ਬਹੁਤ ਜ਼ੋਰ ਲਗਾ ਰਹੀਆਂ ਨੇ ਪਰ ਮੈਂ ਸਮਝਦਾ ਹਾਂ ਕਿ ਮੇਰੀ ਡੋਰ ਸੰਗਰੂਰ ਦੇ ਆਮ ਲੋਕਾਂ ਦੇ ਹੱਥ ਵਿੱਚ ਹੈ ਮੇਰਾ ਭਵਿੱਖ ਤੁਸੀਂ ਤੈਅ ਕਰੋਗੇ ਸੁਖਪਾਲ ਸਿੰਘ ਖਹਿਰਾ ਇਸੇ ਨਾਲ ਹੀ ਜੋ ਵੀਡੀਓ ਸਾਂਝੀ ਕੀਤੀ ਹੈ ਉਸ ਦੇ ਵਿੱਚ ਸੁਖਪਾਲ ਸਿੰਘ ਖਹਿਰਾ ਦੇ ਵੱਲੋਂ ਕਈ ਸ਼ਬਦੀ ਹਮਲੇ ਕੀਤੇ ਗਏ ਨੇ ਗੋਲਡੀ ਦੇ ਉੱਤੇ ਇਸੇ ਨਾਲ ਹੀ ਉਹਨਾਂ ਨੇ ਗੱਲ ਆਖੀ ਹੈ ਕਿ ਜਦੋਂ ਸੁਖਪਾਲ ਸਿੰਘ ਖੈਰਾ ਨੂੰ ਉਮੀਦਵਾਰ ਐਲਾਨਿਆ ਉਸ ਤੋਂ ਪਹਿਲਾਂ ਪਾਰਟੀ ਦੇ ਵੱਲੋਂ ਪੂਰਨ ਤੌਰ ਦੇ ਉੱਤੇ ਸਭ ਕੁਝ ਦੇਖਿਆ ਗਿਆ ਉੱਥੇ ਉਹਨਾਂ ਦਾ ਕਹਿਣਾ ਹੈ ਕਿ ਦਲਬੀਰ ਗੋਲਡੀ ਜਿਹੜੇ ਕਿ 75000 ਜਿਹੜੇ ਆ ਚੋਣਾ ਉਹਨਾਂ ਨੂੰ ਪਈਆਂ ਸਨ ਵੋਟਾਂ ਪਈਆਂ ਸਨ ਇਸ ਕਰਕੇ ਉਹਨਾਂ ਦਾ ਕਹਿਣਾ ਹੈ ਕਿ ਇਲਾਕੇ ਦੇ ਵਿੱਚ ਉਹਨਾਂ ਦੀ ਪਕੜ ਕਾਫੀ ਜ਼ਿਆਦਾ ਕਮਜ਼ੋਰ ਸੀ ਇਸ ਕਰਕੇ ਹਾਈ ਕਮਾਂਡ ਦੇ ਵੱਲੋਂ ਮੈਨੂੰ ਜੋ ਮੌਕਾ ਦਿੱਤਾ ਗਿਆ ਉਹਨਾਂ ਦਾ ਕਹਿਣਾ ਹੈ ਕਿ ਮੈਂ ਹਮੇਸ਼ਾ ਹੀ ਦਿਲ ਤੋਂ ਲੜਦਾ ਰਿਹਾ ਹੈ ਲੋਕਾਂ ਦੇ ਹੱਕ ਦੇ ਵਿੱਚ ਖੜਾ ਹੈ ਮੈਂ ਕਦੀ ਵੀ ਰਾਜਨੀਤੀ ਦਿਮਾਗ ਦੇ ਨਾਲ ਨਹੀਂ ਕੀਤੀ ਹੈ ਇਸ ਨਾਲ ਹੀ ਅਹਿਮ ਗੱਲਾਂ ਉਹਨਾਂ ਦੇ ਵੱਲੋਂ ਇਹ ਵੀ ਕੀਤੀਆਂ ਗਈਆਂ ਐ ਜਿਸ ਤਰੀਕੇ ਦੇ ਨਾਲ ਅਟਕਲਾ ਚੱਲ ਰਹੀਆਂ ਨੇ ਚਰਚਾਵਾਂ ਨੇ ਕਿ ਦਲਬੀਰ ਗੋਲਡੀ ਕਾਂਗਰਸ ਦਾ ਪੱਲਾ ਛੱਡ ਕੇ ਹੁਣ ਆਮ ਆਦਮੀ ਪਾਰਟੀ ਦੇ ਵਿੱਚ ਜਾ ਸਕਦੇ ਨੇ ਹਾਲਾਂਕਿ ਕੱਲ ਉਹਨਾਂ ਨੇ ਆਪਣੇ ਫੇਸਬੁੱਕ ਪੇਜ ਦੇ ਉੱਤੇ ਇੱਕ ਕਾਪੀ ਸਾਂਝੀ ਕੀਤੀ ਸੀ ਜਿਸ ਦੇ ਵਿੱਚ ਉਹਨਾਂ ਨੇ ਲਿਖਿਆ ਸੀ ਕਿ ਉਹ ਅਸਤੀਫਾ ਦੇ ਰਹੇ ਨੇ ਹਾਈ ਕਮਾਂਡ ਦਾ ਨਾਮ ਨਾਲੇ ਬਿਨਾਂ ਉਹਨਾਂ ਦਾ ਕਹਿਣਾ ਕਿ ਪੰਜਾਬ ਦੇ ਜਿਹੜੇ ਸਿਆਸਤਦਾਨਾਂ ਤੋਂ ਦੁਖੀ ਹੋ ਕੇ ਉਹਨਾਂ ਨੇ ਪਾਰਟੀ ਛੱਡ ਦਿੱਤੀ ਹੈ ਹਾਲਾਂਕਿ ਬਾਅਦ ਵਿੱਚ ਉਹਨਾਂ ਦੇ ਵੱਲੋਂ ਜਿਹੜੀ ਕੋਈ ਵੀ ਪੁਸ਼ਟੀ ਨਹੀਂ ਕੀਤੀ ਗਈ ਕਿਉਂਕਿ ਇਸ ਪਾਰਟੀ ਦੇ ਵਿੱਚ ਜਾਣਗੇ ਬਾਅਦ ਵਿੱਚ ਚਰਚਾਵਾਂ ਇਹ ਛਿੜੀਆਂ ਕਿ ਆਮ ਆਦਮੀ ਪਾਰਟੀ ਦਾ ਪੱਲਾ ਫੜ ਸਕਦੇ ਨੇ ਇਸ ਦੇ ਨਾਲ ਹੀ ਲਾਈਵ ਹੋ ਕੇ ਸੁਖਪਾਲ ਸਿੰਘ ਖਹਿਰਾ ਦੇ ਵੱਲੋਂ ਤਿੱਖੇ ਸ਼ਬਦੀ ਹਮਲੇ ਕੀਤੇ ਗਏ ਉਹਨਾਂ ਦਾ ਕਹਿਣਾ ਹੈ ਕਿ ਅਜਿਹੇ ਦੋਗਲੇ ਬੰਦੇ ਆਂਦੇ ਤੇ ਜਾਣਗੇ ਤਿਤਲੀਆਂ ਆਮ ਆਦਮੀ ਪਾਰਟੀ ਸਰਕਾਰ ਕਾਂਗਰਸ ਤੇ ਅਕਾਲੀਆਂ ਚੋਂ ਲੈ ਕੇ ਆਪਣੀ ਪਾਰਟੀ ਦੇ ਵਿੱਚ ਲੈ ਕੇ ਆ ਰਹੀ ਹੈ ਇਸ ਦੇ ਨਾਲ ਹੀ ਉਹਨਾਂ ਦੇ ਵੱਲੋਂ ਇਹ ਵੀ ਕੱਲ ਕਹੀ ਗਈ ਹੈ ਕਿ ਮੈਨੂੰ ਲੰਬੇ ਸਮੇਂ ਤੋਂ ਇਹ ਪਤਾ ਚੱਲ ਰਿਹਾ ਸੀ ਲੋਕਾਂ ਦੇ ਵੱਲੋਂ ਮੈਨੂੰ ਦੱਸਿਆ ਜਾ ਰਿਹਾ ਸੀ ਕਿ ਦਲਵੀਰ ਗੋਲਡੀ ਦੇ ਉੱਤੇ ਭਗਵੰਤ ਮਾਨ ਸਰਕਾਰ ਦੇ ਵੱਲੋਂ ਵਿਜੀਲੈਂਸ ਇਨਕੁਆਇਰੀਆਂ ਬਿਠਾਈਆਂ ਜਾ ਰਹੀਆਂ ਤੇ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਪੰਜਾਬ ਦੇ तकरीबन ਸਰਪੰਚਾਂ ਦੇ ਬਿਆਨ ਰਿਕਾਰਡ ਕੀਤੇ ਗਏ ਆ ਵਿਜੀਲੈਂਸ ਦੇ ਵੱਲੋਂ ਕਿ ਦਲਵੀਰ ਗੋਲਡੀ ਜਦੋਂ ਆਬਲੇਸੀ ਕਾਂਗਰਸ ਦੇ ਵੱਲੋਂ ਉਹਨਾਂ ਦੇ ਸਮੇਂ ਦੇ ਵਿੱਚ ਜਿਹੜੀਆਂ ਜ਼ਿੰਮਾਂ ਖਰੀਦੀਆਂ ਗਈਆਂ 75000 ਤੱਕ ਦੀ ਉਹਨਾਂ ਦੀ ਕੀਮਤ ਸੀ ਤੇ ਪੌਣੇ 2 ਲੱਖ ਰੁਪਏ ਤੱਕ ਦੀਆਂ ਉਹ ਜ਼ਿੰਮਾਂ ਖਰੀਦੀਆਂ ਗਈਆਂ ਸੀ ਇਸ ਨੂੰ ਲੈ ਕੇ ਹੁਣ ਇਨਕੁਆਇਰੀ ਬੈਠੀ ਹੈ ਇਸ ਦੇ ਨਾਲ ਹੀ ਉਹਨਾਂ ਦੇ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਦਲਬੀਰ ਗੋਲਡੀ ਦੀ ਇੱਕ ਟਾਇਲ ਫੈਕਟਰੀ ਸੀ ਜੋ ਤੱਕੇ ਦੇ ਨਾਲ ਸਰਪੰਚਾਂ ਨੂੰ ਟਾਇਲ ਖਰੀਦਣ ਨੂੰ ਕਹਿੰਦੇ ਸੀ ਇਸ ਨੂੰ ਲੈ ਕੇ ਵੀ ਇਨਕੁਆਇਰੀਆਂ ਹੁਣ ਸ਼ੁਰੂ ਹੋ ਗਈਆਂ ਉਹਨਾਂ ਦਾ ਕਹਿਣਾ ਹੈ ਕਿ ਇਸੇ ਦਾ ਕਾਰਨ ਹੈ ਕਿ ਉਹ ਆਪ ਦਾ ਪੱਲਾ ਫੜ ਰਹੇ ਨੇ ਪਰ ਨਾਲ ਹੀ ਨੇ ਦਲਬੀਰ ਗੋਲਡੀ ਵੀ ਸਲਾਹ ਦਿੰਦੀ ਹੈ ਕਿ ਇਹ ਤਿਤਲੀਆਂ ਜਿਹੜੀਆਂ ਜਾਂਦੀਆਂ ਨੇ ਬਾਅਦ ਵਿੱਚ ਜਿਹੜੀ ਆਮ ਆਦਮੀ ਪਾਰਟੀ ਹੈ ਬਖਸ਼ਦੀ ਕਿਸੇ ਨੂੰ ਨਹੀਂ ਐ ਇਹ ਫੜ ਲੈਂਦੀ ਹੈ ਸਭ ਨੂੰ ਤੇ ਇਸ ਦੇ ਨਾਲ ਉਹਨਾਂ ਦਾ ਕਹਿਣਾ ਹੈ ਕਿ ਜਿਨ੍ਹਾਂ ਨੇ ਵੀ ਇਹਨਾਂ ਦਾ ਸਾਥ ਦਿੱਤਾ ਚਾਈ ਫੂਲਕਾ ਸਾਹਿਬ ਉਹਨਾਂ ਚਾਈ ਧਰਮਵੀਰ ਗਾਂਧੀ ਹੋਣ ਉਹਨਾਂ ਸਾਰਿਆਂ ਨੂੰ ਬਾਅਦ ਵਿੱਚ ਕਾਂਗਰਸ ਪਾਰਟੀ ਦਾ ਹੀ ਪੱਲਾ ਫੜਨਾ ਪਿਆ ਹੈ ਹਾਲਾਕਿ ਜਿਵੇਂ ਧਰਮਵੀਰ ਗਾਂਧੀ ਪਹਿਲਾਂ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋ ਜਾਂਦੇ ਆ ਬਾਅਦ ਵਿੱਚ ਉਹਨਾਂ ਨੇ ਪਾਰਟੀ ਛੱਡ ਦਿੱਤੀ ਸੀ ਇਸ ਕਾਰਨ ਸੁਖਪਾਲ ਸਿੰਘ ਖੈਰਾ ਦੇ ਵੱਲੋਂ ਜਦਾ ਉਦਾਹਰਣ ਦੇ ਕੇ ਸਮਝਾਇਆ ਗਿਆ ਹੈ ਕਿ ਇਹ ਤੈਨੂੰ ਵੀ ਨਹੀਂ ਬਖਸ਼ਣਗੇ ਕੁਝ ਸਮਾਵਾਤ ਤੋਂ ਖੁਦ ਵੀ ਕਹੇਗਾ ਕਿ ਮੈਂ ਪਾਰਟੀ ਦੇ ਵਿੱਚ ਦੁਬਾਰਾ ਤੋਂ ਆਜਮਾ ਸੁਸ਼ੀਲ ਕੁਮਾਰ ਰਿੰਕੋ ਦੀ ਵੀ ਗੱਲ ਕੀਤੀ ਹੈ ਜਿਵੇਂ ਸੁਸ਼ੀਲ ਕੁਮਾਰ ਰਿੰਕੋ ਕਾਂਗਰਸ ਤੋਂ ਆਮ ਆਦਮੀ ਪਾਰਟੀ ਦੇ ਵਿੱਚ ਆਏ ਸਨ ਆਪ ਨੇ ਵੱਲੋਂ ਮੌਕਾ ਦਿੱਤਾ ਗਿਆ ਐਮਪੀ ਬਣਨ ਦਾ ਤੇ ਫਿਰ ਤੋਂ ਟਿਕਟ ਦਿੱਤੀ ਗਈ ਆਪ ਦੇ ਵੱਲੋਂ ਉਹਨਾਂ ਨੂੰ ਇਕਲੌਤੇ ਐਮਪੀ ਸੀ ਸੁਸ਼ੀਲ ਕੁਮਾਰ ਰਿੰਕੋ ਪਰ ਫਿਰ ਵੀ ਟਿੱਕਾ ਦੇਣ ਦੇ ਬਾਵਜੂਦ ਉਹਨਾਂ ਨੇ ਪਾਰਟੀ ਛੱਡ ਕੇ ਪੱਲਾ ਭਾਜੀਪੀ ਦਾ ਫੜ ਲਿਆ ਸੁਪਾਲ ਸਿੰਘ ਘੇਰਾ ਦੇ ਵੱਲੋਂ 골ਡੀ ਨੂੰ ਕਿਹਾ ਗਿਆ ਹੈ ਕਿ ਇਹਨਾਂ ਨੇ ਵੱਡੇ ਲੀਡਰਾਂ ਨੂੰ ਤੱਕ ਨਹੀਂ ਬਖਸ਼ਣਾ ਤਾਂ ਤੈਨੂੰ ਵੀ ਨਹੀਂ ਬਖਸ਼ਣਗੇ ਤਾਂ ਇਹ ਵੀ ਕਹਿ ਦਿੱਤਾ ਹੈ ਕਿ ਉਹਨਾਂ ਦੇ ਖਿਲਾਫ ਵਿਜਲੈਂਸ ਦੇ ਵੱਲੋਂ ਇਨਕੁਆਰੀਆਂ ਖੋਲੀਆਂ ਗਈਆਂ ਨੇ ਇਹਨਾਂ ਨੂੰ ਲੈ ਕੇ ਹੀ ਪ੍ਰੈਸ਼ਰ ਬਣਾਇਆ ਜਾ ਰਿਹਾ ਇਸ ਕਾਰਨ ਉਸਨੇ ਪਾਰਟੀ ਛੱਡ ਦਿੱਤੀ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਮੇਰਾ ਪਵਿੱਕ ਸੰਗਰੂਰ ਦੇ ਲੋਕਾਂ ਦੇ ਨਾਲ ਹੈ ਲੋਕ ਤੈਅ ਕਰਨਗੇ ਕਿ ਮੇਰਾ ਕੀ ਪਵਿੱਕ ਹੋਵੇਗਾ ਮੈਂ ਹਮੇਸ਼ਾ ਰਾਜਨੀਤੀ ਜੜੀ ਹੈ ਉਹ ਦਿਲ ਦੇ ਨਾਲ ਕੀਤੀ ਹੈ ਕਦੀ ਦਿਮਾਗ ਦੇ ਨਾਲ ਨਹੀਂ ਮੈਂ ਲੋਕਾਂ ਦੇ ਨਾਲ ਖੜਿਆ ਹਾਂ ਉਹਨਾਂ ਦਾ ਕਹਿਣਾ ਹੈ ਕਿ 75000 ਵੋਟਾਂ ਪਈਆਂ ਸਨ ਜਿਸ ਦਾ ਮਤਲਬ ਹੈ ਤਲਵੀਰ ਗੋਲਡੀ ਦੀ ਆਪਣੇ ਇਲਾਕੇ ਦੇ ਵਿੱਚ ਕਾਫੀ ਘੱਟ ਪકડ ਸੀ ਗਲਵੀਰ ਗੋਲਡੀ ਜਿਹੜੇ 2017 ਦੇ ਵਿੱਚ ਕਾਂਗਰਸ ਤੋਂ ਐਮਐਲਏ ਬਣਦੇ ਨੇ ਬਹੁਤ ਘੱਟ ਉਮਰ ਦੇ ਵਿੱਚ ਉਹ ਐਮਐਲਏ ਬਣਦੇ ਨੇ ਇਸੇ ਨਾਲ ਹੀ ਤਲਵੀਰ ਗੋਲਡੀ ਜਦੋਂ ਪੰਜਾਬ ਯੂਨੀਵਰਸਿਟੀ ਦੇ ਵਿੱਚ ਸੀ ਕਾਂਗਰਸ ਦੇ ਨਾਲ ਜੁੜੇ ਰਹੇ ਨੇ ਉਥੋ ਯੂਥ ਇਲੈਕਸ਼ਨ ਦੇ ਵਿੱਚ ਵੀ ਖੜੇ ਹੁੰਦੇ ਨੇ ਤਾਂ ਇਸ ਦੇ ਨਾਲ ਕਾਫੀ ਜ਼ਿਆਦਾ ਸਰਗਰਮ ਸੀ ਯੂਥ ਇਲੈਕਸ਼ਨਸ ਦੇ ਵਿੱਚ ਵੀ ਤੇ ਬਾਅਦ ਵਿੱਚ ਮੌਕਾ ਉਹਨਾਂ ਨੂੰ ਪਾਰਟੀ ਦੋ ਵਾਰ ਦਿੰਦੀ ਏ ਪਰ ਜਦੋਂ ਭਗਵੰਤ ਮਾਨ ਦੇ ਅਗੇਂਸਟ ਖੜੇ ਸਨ ਉਸ ਵੇਲੇ ਉਹ ਹਾਰ ਜਾਂਦੇ ਨੇ ਤੇ ਇਸ ਵੇਲੇ ਉਹਨਾਂ ਦਾ ਦੋਸ਼ ਜਦੋਂ ਉਹਨਾਂ ਨੇ ਇੱਕ ਵਾਰ ਲਾਈਵ ਹੋ ਕੇ ਗੱਲ ਆਖੀ ਸੀ ਆਪਣਾ ਦੁੱਖ ਵੀ ਪ੍ਰਗਟ ਕੀਤਾ ਸੀ ਕਿ ਪਹਿਲਾ ਪਾਰਟੀ ਨੇ ਮੈਨੂੰ ਭਰੋਸਾ ਦਿੱਤਾ ਸੀ ਪਰ ਬਾਅਦ ਵਿੱਚ ਮੈਨੂੰ ਪਾਰਟੀ ਦੇ ਵੱਲੋਂ ਜਿਹੜਾ ਵਾਅਦਾ ਹੈ ਉਹ ਮੁਕਰ ਦਿੱਤਾ ਗਿਆ ਤੇ ਜਿਹੜੀ ਟਿਕਟ ਹੈ ਉਹ ਸੁਖਪਾਲ ਖੈਰਾ ਨੂੰ ਦੇ ਦਿੱਤੀ ਗਈ ਹੈ ਪਰ ਉਹਨਾਂ ਦੇ ਵੱਲੋਂ ਬਾਅਦ ਵਿੱਚ ਹਮਾਇਤ ਵੀ ਪਈ ਗਈ ਸੀ ਸੁਖਪਾਲ ਸਿੰਘ ਖੈਰਾ ਨੂੰ ਦੋ ਵਾਰ ਉਹਨਾਂ ਨੇ ਘਰ ਬੁਲਾਇਆ ਸੀ ਤੇ ਇਕੱਠੇ ਹੀ ਮੁਹਿੰਮ ਦੀ ਸ਼ੁਰੂਆਤ ਵੀ ਕੀਤੀ ਸੀ ਤੇ ਸੁਖਬਾ ਸਿੰਘ ਕਹਿ ਰਿਹਾ ਦਾ ਕਹਿਣਾ ਹੈ ਕਿ ਸਮਝ ਨਹੀਂ ਆਉਂਦਾ ਕਿਵੇਂ ਬੰਦਾ ਜਿਹੜਾ ਹੈ ਪਹਿਲਾ ਘਰ ਭੁਲਾਉਂਦਾ ਹੈ ਤੇ ਉਸ ਤੋਂ ਬਾਅਦ ਕਿਵੇਂ ਪ੍ਰੈਸ਼ਰ ਜਿਹੜਾ ਪਾਰਟੀ ਦੇ ਵੱਲੋਂ ਬਣਾਇਆ ਜਾਂਦਾ ਹੈ ਤੇ ਉਸ ਤੋਂ ਬਾਅਦ ਹੀ ਉਹਨਾਂ ਨੇ ਪਾਰਟੀ ਛੱਡੀ ਹੈ ਪ੍ਰੈਸ਼ਰ ਬਣਾਉਣ ਤੋਂ ਬਾਅਦ ਤੇ ਲਾਈਵ ਹੋ ਕੇ ਪੜਾਅਸ ਵਿੱਚ ਉਹਨਾਂ ਨੇ ਕੱਢੀ ਹੈ ਕਿ ਲੋਕਾਂ ਨੇ ਪਵਿੱਕ ਤੈ ਕਰਨਾ ਹੈ ਅਜਿਹਾ ਦੋਗਲੇ ਆਂਦੇ ਤੇ ਜਾਂਦੇ ਰਹਿਣਗੇ ਖਾਸ ਤੌਰ ਤੇ ਉਹਨਾਂ ਨੇ ਇਹ ਕਿਹਾ ਹੈ ਹਲੇ ਤਾਂ ਸੰਗਰੂਰ ਦੇ ਯੁੱਧ ਦੀ ਸ਼ੁਰੂਆਤ ਹੈ ਗੋਲਡੀ ਵਰਗੇ ਬਹੁਤ ਸਾਰੇ ਦੋਗਲੇ ਆਉਣਗੇ ਤੇ ਜਾਣਗੇ ਉੱਪਰ ਦੀਆਂ ਅਤੇ ਹੇਠਾਂ ਦੀਆਂ ਸਰਕਾਰਾਂ ਬਹੁਤ ਜ਼ੋਰ ਲਗਾ ਰਹੀਆਂ ਨੇ ਪਰ ਮੈਂ ਸਮਝਦਾ ਹਾਂ ਕਿ ਮੇਰੀ ਡੋਰ ਸੰਗਰੂਰ ਦੇ ਆਮ ਲੋਕਾਂ ਦੇ ਹੱਥ ਦੇ ਵਿੱਚ ਹੈ ਮੇਰਾ ਭਵਿੱਖ ਤੁਸੀਂ ਤੈਅ ਕਰਨਾ ਹੈ ਤਾਂ ਲਗਾਤਾਰ ਸੰਗਰੂਰ ਸੀਟ ਕਾਫੀ ਹੌਟ ਸੀਟ ਬਣ ਰਹੀ ਹੈ ਕਿਉਂਕਿ ਇਸ ਸੀਟ ਨੂੰ ਲੈ ਕੇ ਲਗਾਤਾਰ ਜਿਵੇਂ ਹਲਚਲ ਚੱਲ ਰਹੀ ਸੀ ਦਲਵੀਰ ਗੋਲਡੀ ਦਾ ਕਾਂਗਰਸ ਨੂੰ ਛੱਡਣਾ ਤੇ ਉਸ ਤੋਂ ਬਾਅਦ ਦੱਸਿਏ ਕਿ ਸੁਖਪਾਲ ਸਿੰਘ ਖਹਿਰਾ ਨੂੰ ਜਦੋਂ ਕਾਂਗਰਸ ਜਿਹੜਾ ਕਾਂਗਰਸ ਲੈ ਕੇ ਆਈ ਸੀ ਉਮੀਦਵਾਰ ਤਾਂ ਉਸ ਤੋਂ ਬਾਅਦ ਲਗਾਤਾਰ ਚਰਚਾਵਾਂ ਸੀ ਕਿਉਂਕਿ ਗੋਲਦੀ ਦੇ ਵੱਲੋਂ ਲਾਈਵ ਹੋ ਕੇ ਗੱਲ ਆਖੀ ਗਈ ਸੀ ਕਿ ਪਹਿਲਾਂ ਮੇਰੇ ਨਾਲ ਵਾਅਦਾ ਕੀਤਾ ਗਿਆ ਵਾਅਦਾ ਕਰਕੇ ਪਾਰਟੀ ਮੁੱਕਰ ਜਾਂਦੀ ਹੈ ਇਸ ਨਾਲ ਹੀ ਗੱਲਬਾਤ ਕਰੀਏ ਸੰਗਰੂਰ ਤੋਂ ਗੁਰਮੀਤ ਸਿੰਘ ਮੀਤੇਰ ਜਿਹੜੇ ਕੈਬਨਿਟ ਮੰਤਰੀ ਹੈ ਕਾਂਗਰਸ ਮਾਫ ਕਰਨਾ ਆਮ ਆਦਮੀ ਪਾਰਟੀ ਦੇ ਵੱਲੋਂ ਉਹਨਾਂ ਨੂੰ ਉਮੀਦਵਾਰ ਐਲਾਨਿਆ ਗਿਆ ਤੇ ਹੁਣ ਚਰਚਾਵਾ ਇਹ ਨੇ ਕਿ ਦਲਬੀਰ ਗੋਲਦੀ ਜਲਦ ਹੀ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋ ਸਕਦੇ ਨੇ ਇਸ ਨੂੰ ਲੈ ਕੇ ਅੱਜ ਸੁਖਪਾਲ ਸਿੰਘ ਕਹਿਰਾ ਲਾਈਵ ਹੁੰਦੇ ਨੇ ਤੇ ਸਿੱਧਾ ਕਹਿੰਦੇ ਨੇ ਇਹਨਾਂ ਦੇ ਵੱਲੋਂ ਵੱਡੇ ਵੱਡੇ ਲੀਡਰਾਂ ਨੂੰ ਨਹੀਂ ਬਖਸ਼ਿਆ ਗਿਆ ਤਾਂ ਦਲਬੀਰ ਗੋਲੜੀ ਤੈਨੂੰ ਵੀ ਕੀ ਬਖਸ਼ਣਗੇ ਅਜਿਹਾ ਦੋਖਲਾ ਬੰਦਾ ਪਹਿਲਾਂ ਹਮਾਇਤ ਕਰਦਾ ਹੈ ਤੇ ਬਾਅਦ ਵਿੱਚ ਪਾਰਟੀ ਛੱਡ ਕੇ ਚਲਾ ਜਾਂਦਾ ਹੈ ਉਹਨਾਂ ਦਾ ਕਹਿਣਾ ਹੈ ਕਿ ਪਾਰਟੀ ਦੇ ਵਿੱਚ ਉਹਨਾਂ ਦੀ ਪਕੜ ਕਮਜ਼ੋਰ ਸੀ 75000 ਵੋਟਾਂ ਪਈਆਂ ਸੀ ਪਾਰਟੀ ਨੇ ਸਭ ਕੁਝ ਸੋਚ ਸਮਝ ਕੇ ਮੈਨੂੰ ਚੁਣਿਆ ਹੈ ਮੇਰਾ ਭਵਿਕ ਜਿਹੜੇ ਸੰਗਰੂਰ ਦੇ ਲੋਕਾਂ ਨੇ ਤੈਅ ਕਰਨਾ ਇਸ ਬਾਬਤ ਤੁਹਾਡੀ ਕੀ ਰਾਏ ਹੈ ਕਮੈਂਟ ਦੇ ਜ਼ਰੀਏ ਉਸੀ ਵੀ ਪ੍ਰਤੀਕਿਰਿਆ ਦੇ ਸਕਦੇ ਹੋ ਹੋਰ ਤਾਜ਼ਾ ਅਪਡੇਟ ਜਾਣਨ ਦੇ ਲਈ ਜੁੜੇ ਰਹੋ ABC ਪੰਜਾਬ ਦੇ ਨਾਲ